ਹਾਂਜੀ ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤਾਂ ਅੱਜ ਆਪਾਂ ਇੱਕ ਸਰਕਾਰੀ ਸਕੀਮ ਲੈ ਕੇ ਆਏ ਹਾਂ ਜਿਸ ਦੇ ਵਿੱਚ ਤੁਸੀਂ ਡਾਕਖਾਨੇ ਦੇ ਵਿੱਚ ਖਾਤਾ ਖੁਲਾਉਣਾ ਹੈ। ਜੀ ਹਾਂ ਦੋਸਤੋ, ਡਾਕਖਾਨੇ ਦੇ ਵਿੱਚ ਤੁਸੀਂ ਖਾਤਾ ਖੁਲਾਉਣਾ ਹੈ। ਅਤੇ ਜੇ ਤੁਸੀਂ ਇਸ ਸਕੀਮ ਦੇ ਵਿੱਚ ਖਾਤਾ ਖੁਲਾਉਂਦੇ ਹੋ ਤਾਂ ਤੁਹਾਨੂੰ 9,250 ਰੁਪਏ ਜਿਹੜੇ ਹਰ ਮਹੀਨੇ ਮਿਲਿਆ ਕਰਨਗੇ। ਜੀ ਹਾਂ ਦੋਸਤੋ, ਕਿਹੜੀ ਸਕੀਮ ਹੈ ਜਿਸ ਦੇ ਵਿੱਚ 9,250 ਰੁਪਏ ਜਿਹੜੇ ਤੁਹਾਨੂੰ ਹਰ ਮਹੀਨੇ ਤੁਹਾਡੇ ਖਾਤੇ ਦੇ ਵਿੱਚ ਆਇਆ ਕਰਨਗੇ? ਉਹ ਡਾਕਖਾਨੇ ਦਾ ਕਿਹੜਾ ਇਹੋ ਜਿਹਾ ਖਾਤਾ ਹੈ, ਉਹ ਕਿਹੜੀ ਸਕੀਮ ਹੈ ਜਿਸ ਦੇ ਵਿੱਚ ਇਹ ਸਹੂਲਤ ਹੈ ਜਿਹੜੀ ਸਰਕਾਰ ਦੇ ਰਹੀ ਹੈ ਕਿ ਤੁਹਾਨੂੰ ਜਿਹੜਾ ਪੈਸਾ ਹਰ ਮਹੀਨੇ 9,250 ਰੁਪਏ ਜਿਹੜਾ ਮਿਲਣ ਵਾਲਾ ਹੈ? ਤਾਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣ ਵਾਲਾ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਨਵੇਂ ਭੈਣ ਭਰਾ ਪਹਿਲੀ ਵਾਰ ਸਾਡੇ ਚੈਨਲ ਦੇ ਉੱਤੇ ਆਏ ਨੇ, ਤਾਂ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹੋ ਜਿਹੀਆਂ ਹੋਰ ਸਕੀਮਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਵੀ ਕਰਨਾ ਅਤੇ ਸ਼ੇਅਰ ਵੀ ਕਰਨਾ, ਤਾਂ ਜੋ ਹੋਰ ਵੀ ਗਰੀਬ ਭਰਾਵਾਂ ਨੂੰ ਪਤਾ ਲੱਗ ਸਕੇ ਕਿ ਸਰਕਾਰ ਦੀ ਕਿਹੜੀ ਕਿਹੜੀ ਸਕੀਮ ਹੈ ਜਿਹੜੀ ਬਹੁਤ ਹੀ ਵਧੀਆ ਚੱਲ ਰਹੀ ਹੈ, ਜਿਸ ਦੇ ਨਾਲ ਲੋਕ ਫਾਇਦਾ ਉਠਾ ਸਕਦੇ ਨੇ। ਠੀਕ ਹੈ, ਤਾਂ ਆਪਾਂ ਜ਼ਿਆਦਾ ਨਾ ਦੇਰ ਕਰਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ। ਤਾਂ ਦੋਸਤੋ, ਆਪਾਂ ਆ ਚੁੱਕੇ ਹਾਂ ਟੈਂਪਲੇਟ ਦੇ ਉੱਤੇ, ਜਿਸ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ 9,250 ਰੁਪਇਆ ਹੈ ਤੁਹਾਨੂੰ ਹਰ ਮਹੀਨੇ ਕਿਵੇਂ ਮਿਲੇਗਾ, ਇਹ ਸਕੀਮ ਕੀ ਹੈ। ਤਾਂ ਦੋਸਤੋ, ਤੁਸੀਂ ਦੇਖ ਸਕਦੇ ਹੋ ਪੋਸਟ ਆਫਿਸ MIS ਸਕੀਮ, ਹਰ ਮਹੀਨੇ ਮਿਲਣਗੇ 9,250 ਰੁਪਏ, ਤਾਂ ਕਰਨਾ ਪੈਣਾ ਨਿਵੇਸ਼। ਤਾਂ ਦੋਸਤੋ, ਤੁਸੀਂ ਕਿੰਨਾ ਨਿਵੇਸ਼ ਕਰਨਾ ਇਸ ਦੇ ਬਾਰੇ ਆਪਾਂ ਗੱਲ ਕਰੀਏ, ਤਾਂ ਪੋਸਟ ਆਫਿਸ ਮੰਥਲੀ ਇਨਕਮ ਸਕੀਮ ਡਾਕਖਾਨੇ ਦੁਆਰਾ ਚਲਾਈ ਜਾ ਰਹੀ ਹੈ। ਠੀਕ ਹੈ, ਸੇਵਿੰਗ ਸਕੀਮ ਹੈ ਜਿਸ ਦੇ ਵਿੱਚ ਕੋਈ ਵੀ ਭਾਰਤੀ ਵਿਅਕਤੀ ਨਿਵੇਸ਼ ਕਰ ਸਕਦਾ ਹੈ। ਤੁਹਾਨੂੰ ਨਿਵੇਸ਼ ਜਿਹੜਾ ਤੁਸੀਂ ਨਿਵੇਸ਼ ਕਰੋਗੇ ਉਸ 'ਤੇ ਤੁਹਾਨੂੰ ਪੈਸੇ ਮਿਲਣਗੇ। ਕਿੰਨੇ ਮਿਲਣਗੇ, ਕਿੰਨੇ ਸਕੀਮ ਦੇ ਕਿੰਨੇ ਟਾਈਮ ਦੇ ਲਈ ਹੋਏਗੀ ਇਹ ਸਕੀਮ, ਅਤੇ ਇਹ ਜਿਹੜੀ ਸਕੀਮ ਹੈ ਕਿੰਨੇ ਪੈਸੇ ਤੋਂ ਸ਼ੁਰੂ ਹੋਏਗੀ, ਸਾਰਾ ਕੁਝ ਤੁਹਾਨੂੰ ਦੱਸਾਂਗੇ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ, ਪੋਸਟ ਆਫਿਸ MIS ਯਾਨੀ ਕਿ ਪੋਸਟ ਆਫਿਸ MIS ਸਕੀਮ ਹੈ ਜਿਹੜੀ, ਦੇ ਵਿੱਚ ਤੁਸੀਂ ਵੱਧ ਤੋਂ ਵੱਧ 9,250 ਰੁਪਏ ਹਰ ਮਹੀਨੇ ਵਾਧੂ ਕਮਾ ਸਕਦੇ ਹੋ। ਤੁਹਾਨੂੰ ਇਹ ਪੈਸੇ ਕਮਾਉਣ ਦੇ ਲਈ 15 ਲੱਖ ਰੁਪਏ ਤੱਕ ਦਾ ਨਿਵੇਸ਼ ਕਰਨਾ ਹੋਵੇਗਾ। ਜੇ ਤੁਹਾਡੇ ਕੋਲ 15 ਲੱਖ ਨਹੀਂ ਹੈ, 1-2 ਲੱਖ ਹੈ, ਫਿਰ ਤੁਹਾਨੂੰ ਕਿੰਨੇ ਪੈਸੇ ਮਿਲਣਗੇ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ। ਪਰ ਆਪਾਂ ਪਹਿਲਾਂ ਇਹ ਸਕੀਮ ਪੜ੍ਹਦੇ ਹਾਂ ਕੀ ਕਹਿ ਰਹੀ ਹੈ। ਹਾਲਾਂਕਿ ਮਾਲੀ ਇਨਕਮ ਸਕੀਮ ਯਾਨੀ ਮੰਥਲੀ ਇਨਕਮ ਸਕੀਮ ਦੇ ਨਾਂ 'ਤੇ ਮਸ਼ਹੂਰ ਹੈ MIS। ਠੀਕ ਹੈ ਜੀ, ਇੱਕ ਵਿਅਕਤੀਗਤ ਸਿੰਗਲ ਬੈਂਕ ਅਤੇ ਪਤੀ ਪਤਨੀ ਨੂੰ ਮਿਲ ਕੇ ਜੁਆਇੰਟ ਬੈਂਕ ਖੋਲ੍ਹ ਸਕਦੇ ਹਨ। ਇਸ ਤੋਂ ਇਲਾਵਾ ਨਿਵੇਸ਼ ਕਰਨ ਤੋਂ ਤੁਹਾਨੂੰ 7.50 ਰੁਪਏ ਵਾਲਾ ਸਲਾਨਾ ਵਿਆਜ ਮਿਲਿਆ ਕਰੇਗਾ। ਠੀਕ ਹੈ ਜੀ, 7.40% ਜਿਹੜਾ ਵਿਆਜ ਹੈ ਤੁਹਾਨੂੰ ਮਿਲੇਗਾ। ਹੁਣ ਆਪਾਂ ਸਕੀਮ ਦੀ ਗੱਲ ਕਰੀਏ, ਤਾਂ ਪੁੱਛ ਰਹੇ ਨੇ ਕਿ ਇਹ ਸਕੀਮ ਹੈ ਪੋਸਟ ਆਫਿਸ ਜਿਹੜੀ ਮੰਥਲੀ ਇਨਕਮ ਪਲਾਨ ਹੈ। ਪੋਸਟ ਆਫਿਸ ਮੰਥਲੀ ਇਨਕਮ ਪਲਾਨ ਯਾਨੀ ਕਿ MIS ਦੇ ਵਿੱਚ ਤੁਹਾਨੂੰ 5 ਸਾਲ ਦੇ ਲਈ ਨਿਵੇਸ਼ ਕਰਨਾ ਹੁੰਦਾ ਹੈ। ਯਾਨੀ ਕਿ ਹੁਣ ਆਪਾਂ ਨੂੰ ਪਤਾ ਲੱਗ ਗਿਆ 5 ਸਾਲ ਦੀ ਇਹ ਸਕੀਮ ਹੁੰਦੀ ਹੈ। ਕੁੱਲ ਸਿੰਗਲ ਖਾਤਾ ਵਾਲਾ ਵਿਅਕਤੀ ਜ਼ਿਆਦਾ ਤੋਂ ਜ਼ਿਆਦਾ ਆਪਣੀ ਰਕਮ ਦਾ 9 ਲੱਖ ਰੁਪਏ ਨਿਵੇਸ਼ ਕਰ ਸਕਦਾ ਹੈ। ਯਾਨੀ ਕਿ ਇੱਕ ਬੰਦਾ ਜਿਹੜਾ ਵੀ ਕੋਈ ਖਾਤਾ ਖੁਲਾਉਣਾ ਚਾਹੇਗਾ ਜ਼ਿਆਦਾ ਤੋਂ ਜ਼ਿਆਦਾ 9 ਲੱਖ ਰੁਪਏ ਜਮ੍ਹਾਂ ਕਰ ਸਕਦਾ ਹੈ। ਦੂਜਾ ਹੈ ਜੀ, ਜੇ ਤੁਸੀਂ ਸੰਯੁਕਤ ਖਾਤਾ ਖੋਲ੍ਹਦੇ ਹੋ ਯਾਨੀ ਕਿ ਜੁਆਇੰਟ ਖਾਤਾ ਖੋਲ੍ਹਦੇ ਹੋ ਆਪਣਾ ਅਤੇ ਆਪਣੀ ਘਰਵਾਲੀ ਦਾ, ਅਤੇ ਉਸ ਟਾਈਮ ਤੁਸੀਂ 15 ਲੱਖ ਰੁਪਏ ਜ਼ਿਆਦਾ ਤੋਂ ਜ਼ਿਆਦਾ ਰਕਮ ਜਮ੍ਹਾਂ ਕਰ ਸਕਦੇ ਹੋ। ਜਦੋਂ ਤੁਸੀਂ 5 ਸਾਲ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਫਿਰ ਇਹ 5 ਸਾਲਾਂ ਬਾਅਦ ਇਹ ਨਿਵੇਸ਼ ਇਹ ਦੁਬਾਰਾ ਤੋਂ ਤੁਸੀਂ ਇਹ ਕਰ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਜੀ ਇਸ ਸਕੀਮ ਦੀ ਖਾਸੀਅਤ ਕੀ ਹੈ, ਇਸ ਦੀ ਆਪਾਂ ਗੱਲ ਕਰੀਏ ਤਾਂ ਮੰਥਲੀ ਇਨਕਮ ਯਾਨੀ ਕਿ ਪੋਸਟ ਆਫਿਸ ਮੰਥਲੀ ਇਨਕਮ ਜਿਹੜੀ ਸਕੀਮ ਹੈ, ਸਰਕਾਰੀ ਯੋਜਨਾਵਾਂ ਹੋਣ ਕਰਕੇ ਤੁਹਾਡੇ ਪੈਸੇ ਪੂਰੀ ਤਰ੍ਹਾਂ ਸੁਰੱਖਿਅਤ ਹਨ, ਯਾਨੀ ਕਿ ਗਰੰਟੀਸ਼ੁਦਾ ਰਿਟਰਨ ਤੁਹਾਨੂੰ ਮਿਲਦਾ ਹੈ। ਇਹ ਜਿਹੜੀ ਥਿਓਰਟੀ ਹੈ ਪੋਸਟ ਆਫਿਸ ਦੀ, ਇੱਥੇ ਗਰੰਟੀਸ਼ੁਦਾ ਰਿਟਰਨ ਤੁਹਾਨੂੰ ਮਿਲਦਾ ਹੈ। ਪੋਸਟ ਆਫਿਸ ਸਕੀਮ ਹੈ ਜਿਹੜੀ, ਇਸ ਦੇ ਵਿੱਚ ਨਿਵੇਸ਼ ਕਿੱਦਾਂ ਕਰ ਸਕਦੇ ਹੋ? ਤਾਂ ਉਹ ਦੋਸਤੋ ਹੈ,
ਹਜ਼ਾਰ ਰੁਪਏ ਦੇ ਗੁਣਾਂ ਦੇ ਵਿੱਚ ਹੀ ਆ, ਅਤੇ 1,000, 2,000, 3,000, 4,000, 5,000, 50,000, 1,00,000, ਠੀਕ ਹੈ, ਇਸ ਤਰੀਕੇ ਦੇ ਨਾਲ ਕਰਾ ਸਕਦੇ ਹੋ ਤੁਸੀਂ। ਜਿਵੇਂ ਕਿ ਹੁਣ ਤੁਸੀਂ ਚਾਹੁੰਦੇ ਹੋ ਕਿ ਅਸੀਂ 500 ਰੁਪਏ ਦੇ, ਯਾਨੀ ਕਿ ਇਵੇਂ ਨਹੀਂ ਕਰ ਸਕਦੇ ਤੁਸੀਂ, ਜਿਵੇਂ 50,000 ਜਮ੍ਹਾਂ ਕਰ ਸਕਦੇ ਹੋ ਪਰ 59,500 ਰੁਪਇਆ ਨਹੀਂ ਕਰਾ ਸਕਦੇ ਤੁਸੀਂ ਜਮ੍ਹਾਂ, ਠੀਕ ਹੈ। ਉਮੀਦ ਕਰਦਾ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਊਗੀ। ਅਤੇ ਵੱਧ ਤੋਂ ਵੱਧ ਤੁਸੀਂ ਇਹਦਾ 1,500,000 ਰੁਪਏ ਜਮ੍ਹਾਂ ਕਰ ਸਕਦੇ ਹੋ। ਜਮ੍ਹਾਂ ਰਾਸ਼ੀ ਉੱਤੇ ਤੁਹਾਨੂੰ 7.4% ਦਾ ਜਿਹੜਾ ਵਿਆਜ ਮਿਲਦਾ ਹੈ। ਹੁਣ ਅੱਗੇ ਜੀ ਪੈਸੇ ਕੱਢਣ ਦੇ ਨਿਯਮ ਹੈ। ਜੇਕਰ ਤੁਸੀਂ ਇਸ ਸਕੀਮ ਦੇ ਵਿੱਚ ਨਿਵੇਸ਼ ਕਰਨਾ ਜਾਰੀ ਰੱਖਦੇ ਹੋ ਤਾਂ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ, ਤਾਂ ਤੁਸੀਂ ਇਸ ਤਰ੍ਹਾਂ ਪੈਸੇ ਕੱਢ ਸਕਦੇ ਹੋ। ਕਿਸ ਤਰ੍ਹਾਂ, ਆਓ ਜਾਣਦੇ ਹਾਂ। ਸਭ ਤੋਂ ਪਹਿਲੇ ਜੇਕਰ ਤੁਸੀਂ 1 ਸਾਲ ਅਤੇ ਜਮ੍ਹਾਂ ਖਾਤੇ ਦੇ 3 ਸਾਲ ਦੇ ਅੰਦਰ ਇਸ ਸਕੀਮ ਦੇ ਪੈਸੇ ਕਢਾਉਂਦੇ, ਯਾਨੀ ਕਿ ਇਸ ਜਿਹੜੀ ਸਕੀਮ ਹੈ ਤੁਸੀਂ 5 ਸਾਲ ਦੀ ਲੈ ਲਈ, ਪਰ 1 ਸਾਲ ਤੋਂ ਲੈ ਕੇ 3 ਸਾਲ ਦੇ ਵਿੱਚ ਵਿੱਚ ਜੇ ਤੁਸੀਂ ਪੈਸੇ ਕੱਢਦੇ ਹੋ ਤਾਂ ਤੁਹਾਨੂੰ ਤੁਹਾਡਾ ਰਾਸ਼ੀ ਹੈ ਜਿਹੜਾ ਕਿੰਨੀ ਮਿਲੇਗੀ, 2% ਦੀ ਰਕਮ ਦੇ ਨਾਲ ਦਿੱਤੀ ਜਾਂਦੀ ਹੈ, ਠੀਕ ਹੈ। ਅਗਲਾ ਹੈ ਜੀ, ਜੇਕਰ ਨਿਵੇਸ਼ 3 ਸਾਲ ਤੋਂ 5 ਸਾਲ ਦੇ ਵਿਚਕਾਰ ਹੁੰਦਾ ਹੈ ਤਾਂ ਜਮ੍ਹਾਂ ਕੀਤੀ ਰਕਮ 'ਤੇ ਤੁਹਾਨੂੰ ਕਿੰਨਾ ਮਿਲਦਾ ਜੀ, 1% ਦਾ ਜਿਹੜਾ ਵਿਆਜ ਉਹ ਮਿਲਦਾ ਹੈ। ਅੱਗੇ ਜੀ, ਨਿਵੇਸ਼ ਕਰਨ ਦੇ ਲਈ ਯੋਗਤਾ, ਯਾਨੀ ਕਿ ਕਿਹੜੇ ਕਿਹੜੇ ਬੰਦੇ ਸਕੀਮ ਕਰਾ ਸਕਦੇ ਹਨ। ਪੋਸਟ ਆਫਿਸ MIC ਸਕੀਮ 2024 ਦੇ ਵਿੱਚ ਨਿਵੇਸ਼ ਕਰਨ ਦੇ ਲਈ ਤੁਹਾਡੇ ਦੇਸ਼ ਦੇ ਨਾਗਰਿਕ ਹੋਣਾ ਚਾਹੀਦਾ ਹੈ, ਯਾਨੀ ਕਿ ਤੁਹਾਨੂੰ ਦੇਸ਼ ਦਾ ਨਾਗਰਿਕ ਹੋਣਾ ਜ਼ਰੂਰੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ 10 ਸਾਲ ਦੇ ਬੱਚੇ ਵੀ ਖਾਤੇ ਖੁਲਵਾ ਸਕਦੇ ਹਨ। ਕਿਵੇਂ ਖੁਲਵਾ ਸਕਦੇ ਹਨ, ਆਓ ਜਾਣਦੇ ਹਾਂ। ਪਰ ਜਦੋਂ ਬੱਚੇ ਦੀ ਉਮਰ 18 ਸਾਲ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਇਹ ਖਾਤਾ ਮਾਈਨਰ ਤੋਂ ਵੱਡੀ ਉਮਰ ਦੇ ਵਿੱਚ ਬਦਲਣਾ ਲਾਜ਼ਮੀ ਹੁੰਦਾ ਹੈ। ਤੁਸੀਂ ਸਿੰਗਲ ਖਾਤੇ ਦੇ ਵਿੱਚ 9,00,000 ਅਤੇ ਜਿਹੜਾ ਜੁਆਇੰਟ ਅਕਾਊਂਟ ਹੁੰਦਾ ਹੈ ਉਸਦੇ ਵਿੱਚ 15,00,000 ਰੁਪਏ ਜਮ੍ਹਾਂ ਕਰਵਾ ਸਕਦੇ ਹੋ। ਅਤੇ ਹੁਣ ਆਪਾਂ 18 ਸਾਲ ਦੀ ਗੱਲ ਕਰ ਲਈਏ ਜੀ, ਆਈ ਹੀ ਗਈ ਹੈ ਤਾਂ ਦੋਸਤੋ ਤੁਹਾਨੂੰ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਉਰੇ 10 ਸਾਲ ਦੱਸਿਆ ਜੀ, 10 ਸਾਲ ਦਾ ਬੱਚਾ ਖਾਤਾ ਖੁਲਵਾ ਸਕਦਾ ਹੈ। ਅਤੇ 8 ਸਾਲ ਬਾਅਦ ਦੋਸਤੋ ਉਹ ਜਦੋਂ ਇਹ ਹੋ ਜਾਏਗਾ 18 ਸਾਲ ਦਾ, ਤਾਂ ਉਸ ਟਾਈਮ ਜਿਹੜਾ ਮਾਂ ਪਿਓ ਦੇ ਨਾਂ ਹੁੰਦਾ ਹੈ ਨਾ ਇਹ ਖਾਤਾ, ਕਿਉਂਕਿ ਪਿਓਰ ਬੱਚੇ ਦੇ ਨਾਂ 'ਤੇ ਨਹੀਂ ਹੁੰਦਾ, ਕਿਉਂਕਿ ਉਹਨੂੰ ਦੇਖ ਰੇਖ ਉਹਦੇ ਮਾਂ ਪਿਓ ਕਰਦੇ ਹਨ, ਤਾਂ 18 ਸਾਲ ਬਾਅਦ ਹੋਣ ਤੋਂ ਬਾਅਦ ਇਹ ਖਾਤਾ ਉਹਦੇ ਨਾਮ ਹੋ ਜਾਏਗਾ। ਇਸ ਤਰ੍ਹਾਂ ਦਾ ਖੁੱਲ੍ਹਾ ਇਹ ਖਾਤਾ ਹੈ, ਆਪਾਂ ਉਸ ਦੀ ਗੱਲ ਕਰਦੇ ਹਾਂ। ਨਿਵੇਸ਼ ਕਰਨ ਦੇ ਲਈ ਤੁਹਾਨੂੰ ਨਜ਼ਦੀਕੀ ਪੋਸਟ ਆਫਿਸ ਦੇ ਵਿੱਚ ਜਾਣਾ ਹੋਏਗਾ ਅਤੇ ਇਸ ਯੋਜਨਾ ਦੇ ਸੰਬੰਧ ਦੇ ਵਿੱਚ ਅਰਜ਼ੀ ਪੱਤਰ ਵੀ ਪ੍ਰਾਪਤ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਸਾਰੀ ਜਾਣਕਾਰੀ ਦਰਜ ਕਰਨੀ ਹੋਗੀ। ਜਿਹੜਾ ਤੁਹਾਨੂੰ ਫਾਰਮ ਮਿਲੇਗਾ ਉਸਦੇ ਵਿੱਚ ਨਾਮ, ਪਤਾ, ਠੀਕ ਹੈ, ਇਹ ਸਾਰਾ ਕੁਛ ਐਡਰੈਸ ਵਗੈਰਾ ਤੁਸੀਂ ਲਿਖਣਾ ਹੈ। ਹੁਣ ਤੁਹਾਨੂੰ ਆਧਾਰ ਕਾਰਡ, ਪੈਨ ਕਾਰਡ, ਐਡਰੈਸ ਪਰੂਫ ਅਤੇ ਪਾਸਪੋਰਟ ਫੋਟੋ ਦੇ ਲਈ ਐਪਲੀਕੇਸ਼ਨ ਪੱਤਰ ਦੇ ਨਾਲ ਨਾਲ ਜੋੜ, ਯਾਨੀ ਕਿ ਜਿਹੜਾ ਉਹ ਬੰਦਾ ਹੈ ਪੋਸਟ ਆਫਿਸ 'ਚ ਬੈਠਾ ਹੋਏਗਾ, ਇਹ ਸਾਰਾ ਕੁਛ ਉਹਦੇ ਕੋਲ ਜਮ੍ਹਾਂ ਕਰਵਾ ਦੇਣਾ ਹੋਏਗਾ। ਵੈਸੇ ਤੁਸੀਂ ਪੈਸੇ ਦੇ ਕੈਸ਼ ਦੇ ਵਿੱਚ ਜਾਂ ਫਿਰ ਚੈੱਕ ਦੇ ਵਿੱਚ ਵੀ ਤੁਸੀਂ ਜਮ੍ਹਾਂ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਗੱਲ ਕਿਹੜੀ ਹੈ ਜੀ, ਹਰ ਮਹੀਨੇ ਤੁਹਾਨੂੰ ਜਿਹੜਾ 5,550 ਰੁਪਏ ਅਤੇ 9,250 ਰੁਪਏ ਕਿਵੇਂ ਮਿਲਣਗੇ, ਇਸ ਦੀ ਗੱਲ ਕਰਦੇ ਹਾਂ। ਅਤੇ ਜੇਕਰ ਕੋਈ ਸਿੰਗਲ ਖਾਤਾ ਵਿਅਕਤੀ ਜ਼ਿਆਦਾ ਤੋਂ ਜ਼ਿਆਦਾ 9,00,000 ਰੁਪਏ ਜਮ੍ਹਾਂ ਕਰਦਾ ਹੈ, ਤੁਹਾਨੂੰ 7.40% ਦੀ ਵਿਆਜ ਦੇ ਦਰ ਦੇ ਨਾਲ 5,550 ਰੁਪਏ ਦੀ ਕਮਾਈ ਹੁੰਦੀ ਹੈ, ਯਾਨੀ ਕਿ ਜਿਹੜਾ ਵਿਆਜ ਆ ਉਹਨੂੰ ਹਰ ਮਹੀਨੇ ਮਿਲਦਾ ਹੈ 5,550 ਰੁਪਏ, ਠੀਕ ਹੈ। ਅਤੇ ਉਸ ਤੋਂ ਬਾਅਦ ਜੇ ਕੋਈ 9,00,000 ਰੁਪਏ ਜਮ੍ਹਾਂ ਕਰਾਵੇ, ਅਤੇ ਜੇ ਉਹੀ ਜੁਆਇੰਟ ਅਕਾਊਂਟ ਵਾਲਾ ਖਾਤਾ ਹੈ ਜਿਹੜਾ ਕੋਈ ਬੰਦਾ 15,00,000 ਰੁਪਏ ਜਮ੍ਹਾਂ ਕਰਾਉਂਦਾ ਹੈ, ਅਤੇ ਉਸ ਨੂੰ ਉਸੇ ਵਿਆਜ ਦਰ ਦੇ ਨਾਲ ਜੇ ਗਣਨਾ ਕੀਤੀ ਜਾਵੇ ਤਾਂ 9,250 ਰੁਪਏ ਜਿਹੜੇ ਉਹਨਾਂ ਨੂੰ ਮਿਲਣਗੇ। ਇਸ ਤਰੀਕੇ ਦੇ ਨਾਲ ਤੁਸੀਂ ਫਾਇਦਾ ਚੱਕ ਸਕਦੇ ਹੋ ਇਸ ਸਕੀਮ ਦਾ, ਜਿਹੜੀ ਕਿ ਪੋਸਟ ਆਫਿਸ ਦੀ ਬਹੁਤ ਵਧੀਆ ਸਕੀਮ ਹੈ। ਤੁਹਾਨੂੰ ਮੇਨ ਦੱਸਦਾ ਕਿ ਜੇ ਮੰਨ ਲਓ ਤੁਸੀਂ ਇੱਕ ਰਕਮ ਜਮ੍ਹਾਂ ਕਰਾਈ ਹੈ, ਠੀਕ ਹੈ, 2,00,000 ਰੁਪਇਆ, ਤਾਂ ਇਸ 'ਤੇ ਤੁਹਾਨੂੰ ਅਗਲੇ 5 ਸਾਲਾਂ ਵਾਸਤੇ ਜਮ੍ਹਾਂ ਕਰਾਉਣੀ ਹੈ। 5 ਸਾਲ ਤੋਂ ਪਹਿਲਾਂ ਇਹ ਰਕਮ ਖਾਤਾ ਨਹੀਂ ਹੁੰਦਾ। 5 ਸਾਲਾਂ ਵਾਸਤੇ 2,00,000 ਰੁਪਏ ਤੁਸੀਂ ਜਮ੍ਹਾਂ ਕਰਾਤਾ, 7.40 ਜਿਹੜੀ ਪ੍ਰਸੈਂਟ ਦੀ ਇਸ ਟਾਈਮ ਪ੍ਰਸੈਂਟ ਚੱਲ ਰਿਹਾ, ਇਸ ਦੇ ਹਿਸਾਬ ਦੇ ਨਾਲ ਤੁਹਾਨੂੰ ਇਹ ਪੈਸਾ ਮਿਲੇਗਾ, ਠੀਕ ਹੈ। ਹੁਣ ਜਿਹੜਾ ਤੁਸੀਂ 2,00,000 ਰੁਪਏ ਜਮ੍ਹਾਂ ਕਰਵਾਇਆ ਹੈ,
ਜਦੋਂ 5 ਸਾਲ ਪੂਰੇ ਹੋ ਗਏ ਤੁਹਾਨੂੰ ਹਰ ਮਹੀਨੇ ਇੰਨਾ ਇੰਨਾ ਪੈਸਾ ਮਿਲਦਾ ਰਹੇਗਾ, ਜਿਹੜਾ ਵਿਆਜ ਦਾ 5,550 ਰੁਪਏ। ਠੀਕ ਹੈ, ਅਤੇ ਜੇ ਤੁਸੀਂ 5 ਸਾਲ ਪੂਰੇ ਕਰ ਲੈਣੇ ਤੁਹਾਨੂੰ ਜਿਹੜਾ ਵੀ ਰਕਮ ਤੁਹਾਡੀ ਜਮ੍ਹਾਂ, ਚਾਹੇ 2 ਲੱਖ ਹੋਵੇ, ਚਾਹੇ 9 ਲੱਖ ਹੋਵੇ, ਚਾਹੇ ਫਿਰ 15 ਲੱਖ, ਉਹ ਤੁਹਾਨੂੰ ਵਾਪਸ ਮਿਲ ਜਾਣੀ ਹੈ। ਯਾਨੀ ਕਿ ਹਰ ਮਹੀਨੇ ਤੁਹਾਨੂੰ ਵਿਆਜ, ਵਧੀਆ ਵਿਆਜ ਮਿਲਦਾ ਰਹੇਗਾ, ਜਿਹੜਾ ਕਿ ਡਾਕਖਾਨੇ ਦੀ ਸਕੀਮ ਦੇ ਵਿੱਚ ਜੇ ਤੁਸੀਂ ਖਾਤਾ ਖੁਲਵਾਉਂਦੇ ਹੋ। ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ। ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦੇਣਾ। ਧੰਨਵਾਦ ਜੀ।